ਪੰਥ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ। ਸਰਦਾਰ ਮਨਪ੍ਰੀਤ ਸਿੰਘ ਹੁਣ ਬੈਠੇ ਨੇ, ਸਾਡੇ ਰਿਸ਼ਤੇਦਾਰ ਵੀ ਨੇ। ਤੁਸੀਂ ਇੱਕ ਗੱਲ ਦੇਖੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਕੀ ਹੋ ਗਿਆ। ਸੁਖਬੀਰ ਬਾਦਲ ਨੇ ਈਡੀ ਤੋਂ ਡਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬਿਠਾਤਾ, ਈਡੀ ਤੋਂ ਡਰਦਾ। ਆ ਨਹੀਂ ਫੇਰ ਖਾਕੀ ਨਿਕਲਣ ਤਿਆਰ ਸੀ, ਆਪਾਂ ਨੂੰ ਦੋ ਚਾਰ ਦਿਨ ਚ ਭੇਜਣੀਆਂ ਸੀ, ਪ੍ਰੈਸ ਪ੍ਰੁਸ ਕਰਕੇ ਤਾਰਾਂ ਤੇ ਲਮਕਾਰੀਆਂ ਸੀ, ਜੇ ਆ ਸੰਘਰਸ਼ ਨਾ ਚੱਲਦਾ ਫੇਰ ਪਾਲਣੀਆਂ ਸੀ। ਇਸ ਲਈ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਚੱਲਾਂਗੇ। ਜੇ ਤੁਸੀਂ ਉੱਥੇ ਜਾ ਕੇ ਗਦਾਰੀਆਂ ਦੇ ਸਰਟੀਫਿਕੇਟ ਫੇਰ ਲੈਣੇ ਨੇ ਫੇਰ ਤੁਸੀਂ ਚਲੇ ਜਾਇਓ। 48 ਘੰਟੇ ਹੋ ਗਏ ਸੰਘਰਸ਼ ਕਰਦਿਆਂ ਨੂੰ, ਬੈਰੀਕੇਡ ਨਹੀਂ ਟੁੱਟੇ। ਇਕੱਠੀਆਂ ਸਾਡੀਆਂ ਨਿਹੰਗ ਸਿੰਘ ਫੌਜਾਂ, ਦਸਮ ਪਾਤਸ਼ਾਹ ਦੀਆਂ ਫੌਜਾਂ, ਦਲਿਆਲ ਸਾਹਿਬ ਅਸੀਂ ਨਾ ਚਾਹੁੰਦੇ ਹੋਏ ਵੀ ਤੇਰੇ ਸੰਘਰਸ਼ ਦੀ ਵਿਰੋਧਤਾ ਨਹੀਂ ਕਰਦੇ, ਚਾਹੁੰਦੇ ਹਾਂ ਵੀ ਕਰੀਏ ਪਰ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੀ ਕਿਸਾਨੀ ਲਈ ਲੜ ਰਹੇ ਹਾਂ। ਤੂੰ ਅੱਜ ਖਾਲਸਾ ਪੰਥ ਨੂੰ ਵਿਗਾੜ ਦੇ ਫਿਰ ਖੱਟਰ ਵਾਲੇ ਦੇ ਬੈਰੀਕੇਡ ਹਵਾ ਚ ਦੇਖੀ ਕਿਵੇਂ ਉੱਡਦੇ। ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੰਡੀਅਨ ਸਟੇਟ ਨਾਲ ਆਪਾਂ ਜੰਗ ਵਿੱਢੀ ਬੈਠੇ ਹਾਂ ਖਾਲਸਾ ਪੰਥ, ਤੇ ਆਪਾਂ ਫਤਿਹ ਦਾ ਜਵਾਬ ਚੜ੍ਹਦੀ ਕਲਾ ਵਾਲਾ ਨਹੀਂ ਯਾਰ ਦਿੰਦੇ, ਹਨਾ। ਜਿੰਨਾ ਚਿਰ ਫਤਿਹ ਦੀ ਚੜ੍ਹਦੀ ਕਲਾ ਨਹੀਂ ਹੁੰਦੀ ਉਨਾ ਚਿਰ ਪੰਥ ਦੀ ਚੜ੍ਹਦੀ ਕਲਾ ਨਹੀਂ ਹੁੰਦੀ। ਦੁਬਾਰਾ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਕੌਮੀ ਯੋਧੇ ਵੀਰ ਦੀਪ ਸਿੱਧੂ ਦੀ ਦੂਸਰੀ ਬਰਸੀ ਉੱਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਕੌਮ ਨੂੰ ਜਿਹੜਾ ਹਲੂਮਾ ਦਿੱਤਾ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦਿੱਤਾ। ਸੰਤਾਂ ਨੇ ਕੌਮ ਨੂੰ ਦੱਸਿਆ ਕਿ ਪੰਥ ਦਾ ਨਿਸ਼ਾਨਾ ਕੀ ਹੈ। ਸੰਤਾਂ ਤੋਂ ਬਾਅਦ ਸਿੱਖ ਕੌਮ ਦੇ ਨੌਜਵਾਨਾਂ ਨੇ ਇੰਡੀਅਨ ਸਟੇਟ ਦੇ ਖਿਲਾਫ ਇੱਕ ਬਹੁਤ ਵੱਡਾ ਸ਼ਾਨਾਮਤੀ ਹਥਿਆਰਬੰਦ ਸੰਘਰਸ਼ ਲੜਿਆ। ਹਥਿਆਰਬੰਦ ਸੰਘਰਸ਼ ਤੋਂ ਬਾਅਦ ਕੌਮ ਦੇ ਉੱਤੇ ਜਬਰ ਔਰ ਜ਼ੁਲਮ ਦੀ ਹਨੇਰੀ ਚੁੱਲੀ। ਉਹ ਹਨੇਰੀ ਚੁੱਲਣ ਤੋਂ ਬਾਅਦ ਕਈ ਪੰਥ ਨੇ ਸੰਘਰਸ਼ ਵਿੱਢੇ। ਸਰਸੇ ਵਾਲੇ ਦੇ ਖਿਲਾਫ ਪੰਥ ਨੇ ਸੰਘਰਸ਼ ਲੜਿਆ। ਉਸ ਤੋਂ ਬਾਅਦ ਖਾਲਸਾ ਪੰਥ ਆਪਣਾ ਨਿਸ਼ਾਨਾ ਭੁੱਲ ਗਿਆ ਸੀਗਾ। ਸਿੱਖ ਨੌਜਵਾਨੀ ਨੂੰ ਕੁਛ ਨਹੀਂ ਸੀ ਦਿਖ ਰਿਹਾ ਕਿ ਉਹ ਕਿਸ ਨੂੰ ਲੀਡਰ ਮੰਨ ਕੇ ਕਿਸ ਦੀ ਅਗਵਾਈ ਦੇ ਵਿੱਚ ਖਾਲਸਾ ਪੰਥ ਲਈ ਸੰਘਰਸ਼ ਕਰਨ। ਹਥਿਆਰਬੰਦ ਸੰਘਰਸ਼ ਤੋਂ ਬਾਅਦ ਵੀਰ ਦੀਪ ਸਿੱਧੂ ਨੇ ਇੱਕ ਅਜਿਹੀ ਚਿਣਗ ਨੌਜਵਾਨਾਂ ਦੇ ਵਿੱਚ ਜਗਾਈ, ਇੱਕ ਅਜਿਹੀ ਚਿਣਗ ਨੌਜਵਾਨਾਂ ਨੂੰ ਲਾਈ ਕਿ ਜਿਹਦੀ ਬਦੌਲਤ ਅੱਜ ਪੂਰੇ ਵਰਲਡ ਦੇ ਵਿੱਚ ਖਾਲਸਾ ਰਾਜ ਦੀ ਗੱਲ ਚੱਲ ਰਹੀ ਹੈ। ਅੱਜ ਨੌਜਵਾਨ ਜੇ ਕਿਸੇ ਚੀਜ਼ ਦੀ ਘਾਟ ਮਹਿਸੂਸ ਕਰ ਰਿਹਾ
ਤਾਂ ਉਹ ਦੀਪ ਸਿੱਧੂ ਦੀ ਹੈ। ਬਹੁਤ ਲੰਬਾ ਸਮਾਂ ਦੀਪ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਹੁਣ ਹਾਲਾਤ ਇਹ ਬਣ ਗਏ, ਗੁਰੂ ਨੇ ਬਖਸ਼ਿਸ਼ ਸਾਡੇ ਉਸ ਵੀਰ ਤੇ ਇੰਨੀ ਕਰਤੀ ਕਿ ਹੁਣ ਤਾਂ ਯਾਰ ਜਣਾ ਕਣਾ ਹੀ ਉੱਠ ਕੇ ਕਹੀ ਜਾਂਦਾ ਕਿ ਦੀਪ ਮੇਰਾ ਮੈਂ ਸੀ, ਦੀਪ ਮੇਰਾ ਸੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਯਾਰ ਉਹ ਤਾਂ ਗੱਲ ਕਰਨੀ ਚਾਹੀਦੀ ਹੈ ਨਾ ਜਿਹੜੀ ਬਿਲਕੁਲ ਸੱਚੀ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਦੀਪ ਨੂੰ ਸਟੇਜ ਤੇ ਨਾ ਚੜ੍ਹਨ ਦਿੱਤਾ ਗਿਆ, ਲੇਕਿਨ ਦੀਪ ਸੰਘਰਸ਼ ਛੱਡ ਕੇ ਥੋੜੋ ਭੱਜਿਆ ਸੀ। ਅੱਜ ਤਾਂ ਆਪਾਂ ਸਟੇਜ ਤੇ ਬੈਠਣ ਪਿੱਛੇ ਹੀ ਗੱਡੀਆਂ ਅੱਗੇ ਪਿੱਛੇ ਲਾਉਣ ਲਈ ਉਹ ਲੜੀ ਜਾਂਦੇ ਹਾਂ। ਉਹ ਆਪਣਾ ਸਾਰਾ ਸੁੱਖ ਛੱਡ ਕੇ ਆ ਕੇ ਸੜਕ ਤੇ ਬੈਠਿਆ। ਜਿਹੜੇ ਸੰਘਰਸ਼ ਹੁੰਦੇ ਨੇ ਇਹ ਮੈਂ ਤੁਹਾਨੂੰ ਸਪਸ਼ਟ ਕਰ ਦਿੰਦਾ ਕਿ ਸਟੇਜਾਂ ਤੋਂ ਵੀ ਨਹੀਂ ਲੜੇ ਜਾਂਦੇ। ਸੰਘਰਸ਼ ਦੀਪ ਇੱਕ ਗੱਲ ਕਹਿੰਦਾ ਹੁੰਦਾ ਸੀ ਇੱਥੇ ਲੜਨਾ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਚ। ਜਿਹੜਾ ਪੁੰਜੇ ਬੈਠਦੇ ਆ, ਜਿਹੜੇ ਸੰਗਤ ਚ ਬੈਠਦੇ ਨੇ ਉਹ ਸੰਘਰਸ਼ ਲੜਦੇ ਨੇ। 1983 ਤੋਂ ਜਦੋਂ ਪੰਥ ਨੇ ਲੜਾਈ ਵਿੱਢੀ ਹੈ, ਜਦੋਂ ਹੀ ਤੁਰੇ ਫਿਰਦੇ ਆ, ਕਿਸੇ ਨੇ ਵੀ ਸੰਘਰਸ਼ ਦਾ ਵਿਗਲ ਬਜਾਇਆ, ਤਨ ਮਨ ਧਨ ਸਾਡੇ ਪਰਿਵਾਰ ਨੇ ਔਰ ਅਸੀਂ ਜਿੰਨੇ ਜੋਗੇ ਹੈਗੇ ਸੀ ਉਹਦਾ ਸਾਥ ਦਿੱਤਾ। ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੇ ਸੰਘਰਸ਼ ਲੜਿਆ, ਉਹਦੇ ਵਿੱਚ ਧਰਮ ਯੁੱਧ ਮੋਰਚੇ ਦੇ ਵਿੱਚ ਸਾਡੇ ਪਰਿਵਾਰ ਨੇ ਔਰ ਅਸੀਂ ਸਾਰੇ ਜਾ ਕੇ ਆਏ। ਮੇਰਾ ਵੱਡਾ ਵੀਰ ਬੈਠਾ ਕੁਲਵਿੰਦਰ ਸਿੰਘ ਧਰਮ ਯੁੱਧ ਮੋਰਚੇ 'ਚ 2 ਵਾਰ ਜੇਲ੍ਹ ਕੱਟ ਕੇ ਆਇਆ। ਉਸ ਤੋਂ ਬਾਅਦ ਪੰਥ ਨੇ ਹਥਿਆਰਬੰਦ ਸੰਘਰਸ਼ ਲੜਿਆ। ਹਥਿਆਰਬੰਦ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡੇ ਉਹਨਾਂ ਨੌਜਵਾਨਾਂ ਨਾਲ ਉਸ ਵੇਲੇ ਖੜੇ ਤੇ ਅੱਜ ਵੀ ਖੜੇ ਆ। ਕਈ ਗੱਲਾਂ ਐਸੀਆਂ ਨੇ, ਮੈਂ ਇੱਕ ਦਿਨ 2-3 ਪੱਤਰਕਾਰਾਂ ਨੂੰ ਕਿਹਾ ਸੀਗਾ ਕਿ ਮੇਰੇ ਨਾਲ ਯਾਰ ਦਰਬਾਰ ਸਾਹਿਬ ਚੱਲੋ, ਆਪਾਂ ਜਿਹੜੀਆਂ 5-7 ਦੀਪ ਦੀਆਂ 10 ਗੱਲਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਹੀ ਰੌਲਾ ਪਈ ਜਾਂਦਾ, ਕੋਈ ਕੁਛ ਲਿਖ ਰਿਹਾ ਕੋਈ ਕੁਛ ਲਿਖ ਰਿਹਾ। ਮੈਂ ਕਿਹਾ ਯਾਰ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਸੀ ਉਹ ਗੱਲਾਂ ਆਪਾਂ ਪੰਥ ਦੇ ਸਾਹਮਣੇ ਰੱਖੀਏ ਤਾਂ ਸਹੀ। ਫਿਰ ਅਸੀਂ ਬੈਠ ਕੇ ਸਲਾਹ ਕੀਤੀ ਕਿ ਪੰਥ ਵਿੱਚ ਤਾਂ ਬਥੇਰੇ ਬਖੇੜੇ ਪਹਿਲਾਂ ਹੀ ਪਏ ਨੇ, ਅੱਜ ਦੇਖੋ ਕਿਵੇਂ ਆਪਾਂ ਨਿਖੜੇ ਫਿਰਦੇ ਹਾਂ। ਇੱਕ ਦੂਸਰੇ ਤੇ ਇਤਵਾਰ ਹੀ ਨਹੀਂ ਰਿਹਾ, ਹਰੇਕ ਬੰਦਾ ਪੰਥ ਦੀ ਏਕਤਾ ਦੀ ਗੱਲ ਕਰਦਾ, ਲੇਕਿਨ ਉਸ ਪਾਸੇ ਨੂੰ ਤੁਰਨ ਨੂੰ ਕੋਈ ਤਿਆਰ ਨਹੀਂ ਹੈਗਾ। ਜਦੋਂ ਸੰਘਰਸ਼ ਵਿੱਢੇ ਜਾਂਦੇ ਹੁੰਦੇ ਨੇ ਫਿਰ ਉੱਥੇ ਸ਼ਰਤਾਂ ਨਹੀਂ ਰੱਖੀਆਂ ਜਾਂਦੀਆਂ। ਜਦੋਂ ਸੰਤ ਜਰਨੈਲ ਸਿੰਘ ਉਹਨਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀਗਾ, ਉਹ ਹਥਿਆਰਬੰਦ ਸੰਘਰਸ਼ ਥੋੜੋ ਸੀ, ਉਹ ਇਸੇ ਤਰ੍ਹਾਂ ਇੱਕ ਸ਼ਾਂਤਮਈ ਸੰਘਰਸ਼ ਸੀ। ਦੀਪ ਇੱਕ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਜਿਹੜੇ ਸੰਘਰਸ਼ਾਂ ਦੇ ਬਹਿਣ ਹੁੰਦੇ ਨੇ ਇਹ ਗੁਰੂ ਸਾਹਿਬ ਦੇ ਇਸ਼ਾਰੇ ਨਾਲ ਬਹਿੰਦੇ ਹੁੰਦੇ ਨੇ, ਉਹਨਾਂ ਦੇ ਵਿੱਚ ਬਹਿਣੇ ਚਾਹੀਦਾ। 1999 ਤੋਂ ਬਾਅਦ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥ ਦੀ ਅਗਵਾਈ ਕਰਨ ਵਾਸਤੇ ਅੱਗੇ ਆਏ, ਉਸ ਵੇਲੇ 12 ਸੀਟਾਂ ਪੰਥ ਨੇ ਜਿੱਤੀਆਂ। ਵਾਰ ਵਾਰ ਜਦੋਂ ਕਿਤੇ ਵੀ ਕਿਸੇ ਵੀ ਵਿਅਕਤੀ ਨੂੰ ਪੰਥ ਮਾਨਤਾ ਦਿੰਦਾ ਜਾਂ ਉਹਦੇ ਪਿੱਛੇ ਖੜਦਾ, ਸਭ ਤੋਂ ਪਹਿਲਾਂ ਇੱਕੋ ਐਲਾਨ ਹੁੰਦਾ ਕਿ ਸਾਡਾ ਚੋਣਾਂ ਨਾਲ ਜਾਂ ਵੋਟਾਂ ਨਾਲ ਕੋਈ ਸੰਬੰਧ ਨਹੀਂ। ਜੇਕਰ ਵਾਕਈ
ਚੋਣਾਂ ਨਾਲ ਔਰ ਵੋਟਾਂ ਨਾਲ ਕੋਈ ਸੰਬੰਧ ਨਹੀਂ ਹੈਗਾ। ਫਿਰ ਜਦੋਂ ਆਪਾਂ ਨੂੰ ਪੁਲਿਸ ਫੜਦੀ ਹੈ ਹਨਾ, ਫਿਰ ਆਪਾਂ ਵਕੀਲ ਕਰਦੇ ਹਾਂ, ਫਿਰ ਆਪਾਂ ਕਹਿੰਦੇ ਹਾਂ ਜੀ ਫਲਾਣਾ ਦੁਸ਼ਟ ਹੈ, ਫਲਾਣਾ ਜ਼ਾਲਮ ਹੈ। ਫਿਰ ਯਾਰ ਇਹ ਕਦੇ ਕਹਿੰਦੇ ਹੁੰਦੇ ਹਾਂ ਹਨਾ, ਫਿਰ ਜਿਹੜਾ ਹੋ ਹੀ ਜਾਂਦਾ ਹੋ ਹੀ ਜਾਣ ਦਿਓ। ਸਮੇਂ ਦੇ ਮੁਤਾਬਕ ਜੇ ਗੁਰੂ ਕੇ ਸਿੱਖੋ ਕਿਤੇ ਵੀ ਪਾੜਾ ਖਾਲੀ ਛੱਡੇਂਗੇ ਉਹ ਦੁਸ਼ਮਣ ਨੇ ਉੱਥੇ ਫਿੱਟ ਹੋ ਜਾਣਾ। ਆਪਾਂ ਇਹ ਸਾਰਾ ਕੁਛ ਪਿੰਡੇ ਤੇ ਤਾਂ ਹਟਾਇਆ। ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਜਿੰਨਾ ਹੱਡੀ ਹੰਡਾਇਆ ਸ਼ਾਇਦ ਆਪਣੇ ਬਹੁਤਿਆਂ ਦੇ ਹਿੱਸੇ ਨਹੀਂ ਆਇਆ। 10 ਦੇ 10 ਪੈਰਾਂ ਦੇ, 10 ਦੇ 10 ਹੱਥਾਂ ਦੇ, 9 ਇੰਡੀਅਨ ਸਟੇਟ ਨੇ ਉਹਨਾਂ ਦੇ ਖਿੱਚਤੇ। ਇੱਕ ਵਾਰੀ ਉਹ ਕਹੀ ਜਾਈ ਰਹੀ ਹੈ ਗੱਲ ਕਿ ਸਾਡੇ ਬੰਦੀ ਸਿੰਘਾਂ ਨੂੰ ਆਪਾਂ ਚੋਣਾਂ ਚ ਕਿਉਂ ਨਹੀਂ ਖੜਾਉਂਦੇ। ਯਾਰ ਘੱਟੋ ਘੱਟ ਆਪਾਂ ਥੋੜੀ ਜੀ ਸਮਝ ਰੱਖੀਏ। ਵਕੀਲ ਸਾਹਿਬ ਬੈਠੇ ਨੇ 3 ਸਾਲ ਤੋਂ ਉੱਤੇ, ਜਿਹਨਾਂ ਨੂੰ ਵੱਧ ਸਜ਼ਾ ਹੋ ਜਾਂਦੀ ਹੈ ਉਹ ਯਾਰ ਚੋਣ ਲੜੇ ਨਹੀਂ ਸਕਦਾ, ਉਹ ਕਾਗਜ਼ ਵੀ ਨਹੀਂ ਭਰ ਸਕਦਾ, ਕਾਗਜ਼ ਰਿਜੈਕਟ ਹੋ ਜਾਣਗੇ। ਇਸ ਵਾਸਤੇ ਜਿਹੜੀ ਸੱਚਾਈ ਹੈ, ਦੀਪ ਸਿੱਧੂ ਨੇ ਇਹ ਗੱਲ ਇੱਕ ਵਾਰ ਨਹੀਂ ਅਨੇਕਾਂ ਵਾਰ ਇਹ ਗੱਲ ਕਹੀ ਕਿ ਪੰਥ ਪ੍ਰਸਤ ਪੰਜਾਬ ਪੱਖੀ ਸਿਆਸਤ ਖੜੀ ਕਰਨੀ ਪਊਗੀ। ਉਹ ਫਿਰ ਜਾਂ ਤਾਂ ਸਾਨੂੰ ਨਹੀਂ ਉਹਦੇ ਨਾਲ ਰਹਿ ਕੇ ਸਮਝ ਆਈ ਤੇ ਜਾਂ ਫਿਰ ਸੰਗਤ ਨੂੰ ਨਹੀਂ ਸਮਝ ਆਈ ਕਿ ਉਹ ਸਿਆਸਤ ਫਿਰ ਕਿਹੜੀ ਖੜੀ ਕਰਨੀ ਚਾਹੁੰਦਾ ਸੀ। ਸਿਆਸਤ ਦਾ ਮਤਲਬ ਚੋਣਾਂ ਨਹੀਂ ਹੁੰਦਾ। ਮੈਂ ਅੱਜ ਇੱਥੋਂ ਖੜ ਕੇ ਸਟੇਜ ਤੋਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ, ਸਿਰਫ ਇੱਕ, ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਚੋਣ ਲੜੀ ਸੀਗੀ ਅੰਮ੍ਰਿਤਸਰ ਤੋਂ, ਉਸ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ 5-7-10 ਬੰਦੇ ਬਲੇਰ ਸਾਹਿਬ ਬੈਠੇ ਨੇ ਕਿ ਸਾਨੂੰ ਦੋ ਕਿ ਆਪਾਂ ਚੋਣਾਂ ਦੇ ਵਿੱਚ ਉਤਰਨਾ, ਕਿ ਤੁਸੀਂ ਜਿਹੜੇ ਬੰਦੇ ਕਹੇਂਗੇ ਉਹ ਸਾਡੀ ਜਥੇਬੰਦੀ ਉਹਨਾਂ ਦੀ ਸਪੋਰਟ ਕਰੂਗੀ। ਫਤਿਹਗੜ੍ਹ ਸਾਹਿਬ ਮੀਟਿੰਗ ਹੋਈ, ਮੀਟਿੰਗ ਤੋਂ ਪਹਿਲਾਂ ਇੱਕ ਗੱਲ ਕਹੀ ਗਈ ਕਿ ਚੋਣਾਂ ਦੇ ਵਿੱਚ ਹਿੱਸਾ ਹੀ ਨਹੀਂ ਲੈਣਾ ਹੈਗਾ। ਮੈਂ ਕਿਹਾ ਠੀਕ ਹੈ ਜੀ, ਸ਼ਹੀਦਾਂ ਦੀ ਧਰਤੀ ਹੈ, ਨਾ ਲਓ। ਹਰਨੇਕ ਸਿੰਘ ਫੌਜੀ ਹੁਣੀ ਖੜੇ ਨੇ, ਮੈਂ ਇਕੱਲਾ ਬੰਦਾ ਸੀ ਕਹਿਣ ਵਾਲਾ ਕਿ ਜੇ ਨਹੀਂ ਲੈਣਾ ਤਾਂ ਫਿਰ ਹੁਣ ਨਹੀਂ ਲੈਣਾ। ਲੇਕਿਨ ਉਸ ਤੋਂ ਬਾਅਦ ਦੀਪ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਮਦਦ ਕਿਉਂ ਕੀਤੀ? ਦਿਨ ਰਾਤ ਇੱਕ ਕਰਿਆ ਨਾ, ਜਿਹੜੀ ਸਾਡੀ ਜਥੇਬੰਦੀ ਪੰਥ ਦੀ ਸੀ, ਜਿਸ ਨੂੰ ਪੰਥ ਪਿਆਰ ਕਰਦਾ, ਜਿਹੜੀ ਇਸ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੈ, ਜਿਹੜੀ ਜਬਰ ਔਰ ਜ਼ੁਲਮ ਦੇ ਵਿੱਚੋਂ ਨਿਕਲੀ ਹੈ, ਉਹਦੇ ਨਾਲ ਦੀਪ ਜਾ ਕੇ ਖੜਿਆ। ਔਰ ਅੱਜ ਸਾਡਾ ਵੀ ਫਰਜ਼ ਬਣਦਾ ਕਿ ਜੇ ਸਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਉਂਗਲੀ ਦੀਪ ਫੜਾ ਕੇ ਗਿਆ। ਸੰਗਰੂਰ ਚੋਣ ਦੇ ਵਿੱਚ 107 ਜਗ੍ਹਾ ਗੁਰੂ ਕੇ ਸਿੱਖੋ ਮੈਂ ਬੋਲ ਕੇ ਆਇਆ ਜਾ ਕੇ। ਮਾਨ ਸਾਹਿਬ ਦੀ ਪਾਰਟੀ ਨੂੰ ਪੁੱਛ ਲਿਆ ਕਿ ਕਦੇ ਕੋਈ ਅਹੁਦਾ ਨਹੀਂ ਮੰਨ ਗਿਆ, ਕਦੇ ਨਹੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਚੋਣ ਲੜਾ ਦਿਓ, ਕਿਉਂਕਿ ਬਹੁਤੇ ਸੰਘਰਸ਼ੀ ਸਿੱਖ ਅਸੀਂ ਲੜੇ ਨਹੀਂ ਸਕਦੇ ਯਾਰ, ਸਾਨੂੰ ਸਜ਼ਾਵਾਂ ਹੋਈਆਂ ਹੋਈਆਂ ਨੇ। ਇਸ ਕਰਕੇ ਇਹ ਜਿਹੜੀਆਂ ਚੋਣਾਂ ਦਾ ਮੁੱਦਾ, ਇਹ ਖਾਲੀ ਨਹੀਂ ਛੱਡਣਾ ਚਾਹੀਦਾ। ਜਦ ਦੀਪ ਸਾਰੇ ਮੰਨਦੇ ਹੋ ਨਾ ਕਿ ਦੀਪ ਬਹੁਤ ਰੋਸ਼ਨ ਦਿਮਾਗ ਸੀ, ਉਹ ਬਹੁਤ ਸਿਆਣਾ ਸੀ। ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਤੁਹਾਨੂੰ ਇਹ ਗੱਲ ਦੱਸਣ ਲੱਗਿਆ, ਜੇ 0.1 ਵੀ ਮੇਰੀ ਕੋਈ ਗੱਲ ਨੂੰ ਝੂਠਾ ਸਾਬਤ ਕਰਦੇ ਹੋ, ਇਸ ਸੰਗਤ ਦੇ ਵਿੱਚ ਮੈਂ ਦੇਣਦਾ ਰਹੂੰਗਾ। ਖੜੇ ਹੋ ਕੇ ਕਹਿ ਦਿਓ, ਦੀਪ ਸਿੱਧੂ ਨੂੰ ਇਹ ਸੋਚ ਸੀ ਕਿ ਐਡਾ ਬੜਾ ਢਾਂਚਾ ਖੜਾ ਕਰਨਾ ਬਹੁਤ ਮੁਸ਼ਕਲ ਹੈ, ਆਪਾਂ ਨਹੀਂ ਕਰ ਸਕਦੇ, ਕਿਉਂਕਿ ਲੱਤਾਂ ਬਹੁਤ ਖਿੱਚੀਆਂ ਜਾਂਦੀਆਂ ਹੁੰਦੀਆਂ ਨੇ ਪੰਥ ਦੀ ਜਦ ਪੰਥ ਸੰਘਰਸ਼ ਕਰਦਾ। ਉਸ ਵੇਲੇ
ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲੋਂ ਵਧੀਆ ਪੰਥ ਨੂੰ ਪੋਲੀਟੀਕਲ ਕੋਈ ਆਪਸ਼ਨ ਨਹੀਂ ਹੈਗੀ। ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਪਰਿਵਾਰ ਬਰਸੀ ਦੇ ਵਿੱਚ ਆਇਆ ਜੀ, ਉਹਨਾਂ ਦੀ ਆਮਦ ਦੇ ਉੱਤੇ ਆਪਾਂ ਇੱਕ ਜੈਕਾਰਾ ਲਾਈਏ, ਬੋਲੇ ਸੋ ਨਿਹਾਲ। ਜਦੋਂ ਸੰਘਰਸ਼ ਵਿੱਚ ਜਾਂਦੇ ਨੇ, ਜਦੋਂ ਪੰਥ ਸੰਘਰਸ਼ ਵਿੱਚ ਹੁੰਦਾ, ਫਿਰ ਸ਼ਰਤਾਂ ਨਹੀਂ ਰੱਖੀਆਂ ਜਾਂਦੀਆਂ। ਲੇਕਿਨ ਉਸ ਵੇਲੇ ਜਿਹੜੀਆਂ ਚਾਰ ਗੱਲਾਂ ਤੋਂ ਪਹਿਲਾਂ ਖਤਾ ਖਾਂਦੀ ਹੁੰਦੀ ਹੈ, ਉਹ ਗੱਲਾਂ ਕਰਨੀਆਂ ਯਾਰ ਆਪਣਾ ਫਰਜ਼ ਬਣਦਾ। ਦੀਪ ਨੇ ਕਿਸਾਨੀ ਸੰਘਰਸ਼ ਵੇਲੇ ਇਹ ਗੱਲ ਕਹੀ ਸੀ ਕਿ ਕਿਸਾਨਾਂ ਕੋਲ ਜਾ ਕੇ ਆਓ, ਔਰ ਮੈਂ ਜਾ ਕੇ ਆਇਆ ਸੀ। ਉਹਨਾਂ ਨੂੰ ਕਿਹਾ ਸੀ ਕਿ ਮੋਰਚਾ ਨਾ ਚੱਕੋ ਜਿੰਨਾ ਚਿਰ ਤੁਹਾਡੇ ਕੋਲ ਲਿਖਤੀ ਕੋਈ ਗੱਲ ਨਹੀਂ ਆਉਂਦੀ। ਉਹਨਾਂ ਨੇ ਮੋਰਚਾ ਚੱਕਿਆ, ਮੋਰਚਾ ਇਸ ਕਰਕੇ ਚੱਕਿਆ ਕਿ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ, ਉਹ ਮੁੱਖ ਮੰਤਰੀ ਦੀਆਂ ਫੀਲਡਾਂ ਲੈ ਬੈਠੇ ਸੀ। ਜੇ ਉਸ ਵੇਲੇ ਸੈਂਟਰ ਨੇ ਆਪਾਂ ਨੂੰ ਕੁਛ ਲਿਖ ਕੇ ਨਹੀਂ ਦਿੱਤਾ, ਤਾਂ ਫਿਰ ਇੱਕ ਗੱਲ ਦੱਸੋ ਕਿ ਫਿਰ ਜਸ਼ਨ ਯਾਰ ਕਾਹਦੇ ਮਨਾਏ ਗਏ, ਜਿਹੜੇ ਇੱਕ ਮਹੀਨਾ ਜਸ਼ਨ ਚੱਲੇ, ਤਨਾਂ ਦੇ ਤਨ ਕਾਮਰੇਡਾਂ ਉੱਤੇ ਫੁੱਲ ਬਰਸਾ ਤੇ ਨਿਹੰਗ ਸਿੰਘ ਫੌਜਾਂ ਨਗਾਰੇ ਵਜਾਉਂਦੀਆਂ ਆਈਆਂ, ਤੇ ਫਿਰ ਉਹ ਜਸ਼ਨ ਕਾਹਦਾ ਸੀ ਜੇ ਆਪਾਂ ਨੂੰ ਫੇਰ ਦੁਬਾਰਾ ਜਾਣ। ਆਹੀ ਗੱਲਾਂ ਦੀਪ ਕਹਿੰਦਾ ਸੀ, ਔਰ ਅੱਜ ਫੇਰ ਟਰਾਲੀਆਂ ਲੈ ਕੇ ਚੱਲ ਪਏ। ਬਹੁਤੇ ਬੰਦੇ ਫੋਟੋਆਂ ਖਿਚਾਉਣ ਦੇ ਮਾਰੇ, ਔਰ ਉੱਥੇ ਮੀਡੀਆ ਸਾਹਮਣੇ ਆਉਣ ਦੇ ਮਾਰੇ ਪੰਥਕ ਬੰਦੇ ਵੀ ਤੁਰੇ ਫਿਰਦੇ ਨੇ। ਕਿਹਨੇ ਕਿਹਾ ਬਈ? ਆਪਣਾ ਫਰਜ਼ ਬਣਦਾ ਸੀ ਉਹਨਾਂ ਨੂੰ ਪੁੱਛਣ ਦਾ ਕਿ ਅੱਜ ਬੰਦੀ ਸਿੰਘਾਂ ਦਾ ਮਸਲਾ ਤੁਸੀਂ ਇਹਦੇ ਵਿੱਚ ਕਿਉਂ ਨਹੀਂ ਸ਼ਾਮਿਲ ਕੀਤਾ? ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਵਾਲਾ ਮਸਲਾ ਕਿਉਂ ਨਹੀਂ ਸ਼ਾਮਿਲ ਕੀਤਾ? ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਸਟੇਟ ਨੂੰ ਗਾਲਾਂ ਕੱਢਦੇ ਹਾਂ, ਸਾਡੇ ਨਾਲ ਆਹ ਹੋ ਗਈ, ਯੇ ਹੋ ਗਈ, ਵੋ ਹੋ ਗਈ, ਫੇਰ ਚਲੇ ਜਾਓ, ਅਸੀਂ ਵੀ ਰੋਕਦੇ, ਅਸੀਂ ਵੀ ਕਿਹਾ ਕਿ ਮੀਟਿੰਗ ਕਰਕੇ ਦੱਸਾਂਗੇ ਕਿ ਜਾਣਾ ਕਿ ਨਹੀਂ ਜਾਣਾ। ਜੇਕਰ ਮਿੱਤਰੋ ਉੱਥੇ ਪਰਚੇ ਦਰਜ ਹੋ ਗਏ, 26 ਜਨਵਰੀ ਵਾਲੀ ਹੋ ਗਈ, ਇਹਨਾਂ ਨੇ ਕਹਿਤਾ ਕਿ ਸਾਡੇ ਕੁਛ ਲੱਗਦੇ ਹੀ ਨਹੀਂ ਅੱਤਵਾਦੀ ਨੇ, ਫੇਰ ਕੀ ਕਰੇਗੇ? ਫਿਰ ਮਾਵਾਂ ਰੋਣਗੀਆਂ, ਪਰਿਵਾਰ ਰੋਣਗੇ। ਤੁਸੀਂ ਇੱਕ ਗੱਲ ਦੱਸੋ ਕਿ ਪੰਥ ਦਾ ਸੰਘਰਸ਼ ਯਾਰ ਕਾਮਰੇਡ ਲੜਨਗੇ, ਸਾਡੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ, ਉੱਥੇ ਕਿੰਨੇ ਕੱਪਾਂ ਜਾਂਦੇ ਆ? ਅੱਜ ਪੰਥ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ, ਸਰਦਾਰ ਮਨਪ੍ਰੀਤ ਸਿੰਘ ਹੁਣ ਬੈਠੇ ਨੇ, ਸਾਡੇ ਰਿਸ਼ਤੇਦਾਰ ਵੀ ਨੇ। ਤੁਸੀਂ ਇੱਕ ਗੱਲ ਦੇਖੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਕੀ ਹੋ ਗਿਆ, ਉਹ ਕਿਉਂ ਹੋਇਆ? ਸਾਨੂੰ ਕਿਤੇ ਅਕਾਲੀ ਦਲ ਪਿਆਰਾ ਨਹੀਂ ਸੀ, ਸਾਰੇ ਪੰਥ ਦਾ ਸੀ ਅਕਾਲੀ ਦਲ। ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ, ਇਹ ਕੁਰਬਾਨੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਸੀ, ਇੱਕ ਸਿਆਸੀ ਜਥੇਬੰਦੀ, ਇੱਕ ਧਾਰਮਿਕ ਜਥੇਬੰਦੀ ਖੜੀ ਕਰੀ ਸੀ। ਅੱਜ ਸੁਖਬੀਰ ਬਾਦਲ ਨੇ ED ਤੋਂ ਡਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬਿਠਾਤਾ। ਇਹ ਗੱਲ ਮੈਂ ਇਸ ਸਟੇਜ ਤੋਂ ਕਹਿਣਾ ਕਿ ਸਾਰੇ ਪੰਥਕ ਜਿੰਨੇ ਵੱਡੇ ਅਕਾਲੀ ਲੀਡਰ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਹੈ, ਉਹ ਸਾਹਮਣੇ ਆ ਕੇ ਕੋਈ ਨਹੀਂ ਕਹਿੰਦਾ। ਐਡਾ ਵੱਡਾ ਕਾਰੋਬਾਰ ਕਰੀ ਬੈਠਾ, ED ਤੋਂ ਡਰਦਾ ਆ ਨਹੀਂ, ਫੇਰ ਖਾਕੀ ਨਿਕਲਣ ਤਿਆਰ ਸੀ, ਪਾਉਣ ਨੂੰ 2-4 ਦਿਨ ਚ ਪੈ ਜਾਣੀਆਂ ਸੀ, ਪ੍ਰੈਸ ਪ੍ਰੁਸ ਕਰਕੇ ਤਾਰਾਂ ਤੇ ਲਮਕਾਲੀਆਂ ਸੀ, ਜੇ ਆ ਸੰਘਰਸ਼ ਨਾ ਚੱਲਦਾ ਫੇਰ ਪਾ ਲੈਣੀਆਂ ਸੀ।
ਅੱਪਾ ਗੁਰੂ ਕੇ ਸਿੱਖੋ ਜਿਹੜੇ ਸੰਘਰਸ਼ੀ ਬੰਦੇ ਆ ਯਾਰ, ਉਹਨਾਂ ਦੇ ਕੱਪੜੇ ਲਾਈ ਜਾਂਦੇ ਆ, ਉਹਨਾਂ ਨੂੰ ਇਹ ਬਦਨਾਮ ਕਰਨ ਤੇ ਲੱਗੇ ਹੋਏ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਹ ਕਰਤਾ, ਬਾਬਾ ਜਰਨੈਲ ਸਿੰਘ ਨੇ ਆਹ ਕਰਤਾ, ਫਲਾਣੀ ਜਥੇਬੰਦੀ ਨੇ ਆਹ ਕਰਤਾ, ਜਿਹਨਾਂ ਨੇ ਬੇੜਾ ਬਿਠਾਇਆ ਪੰਥ ਦਾ, ਜਿਹਨਾਂ ਨੇ ਕਦੇ ਪੰਥ ਦੀ ਗੱਲੇ ਨੀ ਕਰੀ, ਉਹ ਅੱਜ ਯਾਰ ਸਾਡੇ ਕੋਲ ਝੂਠ ਬੋਲ ਰਹੇ ਨੇ, ਸਾਨੂੰ ਬੁੱਧੂ ਬਣਾ ਰਹੇ ਨੇ। ਇਹਦਾ ਮਤਲਬ ਆਪਾਂ ਸਾਰੇ ਬੁੱਧੂ ਹੈ। ਹੁਣ ਸੁਖਬੀਰ ਬਾਦਲ ਕਹਿੰਦਾ ਮੈਂ ਬੰਦੀ ਸਿੰਘ ਰਿਹਾ ਕਰਾਉਣੇ ਨੇ, ਬੰਦੀ ਸਿੰਘਾਂ ਦੀ ਗੱਲ ਕਰੂੰਗਾ। ਜਦੋਂ ਬੀਬੀ ਹਰਸਿਮਰਤ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਸੀ, ਅਮਿਤ ਸ਼ਾਹ ਨੇ ਜਵਾਬ ਕੀ ਦਿੱਤਾ, ਜਿਹੜੇ 40 ਸਾਲ ਤੁਸੀਂ ਇਹਨਾਂ ਦੇ ਪੋਤੜੇ ਧੋਏ, ਉਹਦਾ ਜਵਾਬ ਅਮਿਤ ਸ਼ਾਹ ਨੇ ਤੁਹਾਨੂੰ ਦਿੱਤਾ। ਆਹ ਗੱਲ ਸੀ ਉਹਨੂੰ ਪਹਿਲਾਂ ਤਾਂ ਮੈਂ ਸਵਾਲ ਗਲਤ ਸੀ, ਬੀਬੀ ਹਰਸਿਮਰਤ ਕੌਰ ਨੂੰ ਇਹ ਸਵਾਲ ਕਰਨਾ ਚਾਹੀਦਾ ਸੀ ਕਿ ਸਾਡੇ ਬੰਦੀ ਸਿੰਘ ਆਪ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਦੇ ਨਾਲੋਂ ਦੁੱਗਣੀਆਂ ਤੋਂ ਸਜ਼ਾਵਾਂ ਵੱਧ ਭੋਗ ਚੁੱਕੇ ਨੇ, ਅਮਿਤ ਸ਼ਾਹ ਤੂੰ ਰਿਹਾ ਕਰ। ਤੇ ਉਸ ਤੋਂ ਬਾਅਦ ਅਮਿਤ ਸ਼ਾਹ ਦੇ ਬੋਲਣ ਤੋਂ ਬਾਅਦ ਕਿਸੇ ਅਕਾਲੀ ਦਲ ਦੇ ਇੱਕ ਲੀਡਰ ਦਾ ਕੋਈ ਕਮੈਂਟ ਨਹੀਂ ਆਇਆ, ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ। ਕੀ ਬਈ ਆਪਾਂ ਇੰਨੇ ਡਰਦੇ ਹਾਂ? ਜੇ ਈਡੀ ਤੋਂ ਡਰਨਾ ਹੁੰਦਾ, ਜੇ ਤਸ਼ੱਦਦਾਂ ਤੋਂ ਡਰਨਾ ਹੁੰਦਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਬੜੀਆਂ ਗੱਲਾਂ ਕਰਦੇ ਆ ਆਪਾਂ ਉਹਨਾਂ ਬਾਰੇ। ਆਈਪੀਐਸ ਦੀ ਨੌਕਰੀ ਨੂੰ ਲੱਤ ਮਾਰ ਕੇ ਆ ਪੰਥ ਦੇ ਵਿੱਚ ਬੈਠਾ ਤੁਹਾਡੇ, ਔਰ ਪੰਥ ਨੇ ਫਿਰ ਇੱਜ਼ਤ ਮਾਰ ਦੀ ਘਾਟ ਛੱਡੀ ਹੈ ਯਾਰ। ਸਾਰਾ ਕੁਛ ਸਾਡੀ ਸ਼੍ਰੋਮਣੀ ਕਮੇਟੀ, ਸਾਡੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਸਾਹਿਬਾਨ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਉਸ ਵੇਲੇ ਸਰਬੱਤ ਖਾਲਸਾ ਨੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸ ਵੇਲੇ ਕਿਹਾ ਕਿ ਹਥਿਆਰਾ ਹਵਾਰਾ ਕਦੇ ਪੰਥ ਦੀ ਅਗਵਾਈ ਨਹੀਂ ਕਰ ਸਕਦਾ, ਕਦੇ ਪੰਥ ਦਾ ਜਥੇਦਾਰ ਨਹੀਂ ਹੋ ਸਕਦਾ। ਸਾਡੇ ਕੱਚ ਜਾਣ ਹੈ ਨਹੀਂ ਇਹ ਗੱਲਾਂ ਕਰਨ ਦੀ। ਇਸ ਵਾਸਤੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਸਾਰੇ ਬੰਦੇ ਪੰਥ ਤੋਂ ਪੈਸੇ ਵਾਲੇ ਪਾਸੇ ਵੀ ਨਹੀਂ ਗਏ ਹੁੰਦੇ, ਲੇਕਿਨ ਆਪਾਂ ਇਹ ਗੱਲ ਆਪਾਂ ਨੂੰ ਸੋਚਣੀ ਪਊਗੀ ਕਿ ਜਦ ਜਦ ਪੰਥਕ ਏਕਤਾ ਦੀ ਗੱਲ ਚੱਲਦੀ ਹੈ, ਜਦ ਜਦ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਚੱਲਦੀ ਹੈ, ਸੋਸ਼ਲ ਮੀਡੀਆ ਤੇ ਝੂਠ ਦਾ ਇੱਕ ਵਿਤਰਾਂਤ ਸਿਰਜਿਆ ਜਾਂਦਾ ਹੈ ਕਿ ਆਹ ਹੋ ਗਿਆ ਜੀ, ਇਹ ਉਹ ਸੀ ਜੀ, ਇਹ ਉਹ ਸੀ, ਸਾਰਾ ਕੁਛ। ਉਹ ਸਾਰੇ ਬੰਦੇ ਇੰਡੀਅਨ ਸਟੇਟ ਦੇ ਤਨਖਾਹੀਏ ਨੇ, ਕਦੇ ਵੀ ਉਹ ਪੰਥਕ ਏਕਤਾ ਨਹੀਂ ਹੋਣ ਦੇਣਗੇ, ਕਦੇ ਵੀ। ਕਦੇ ਦੀਪ ਸਿੱਧੂ ਦੇ ਖਿਲਾਫ ਨੈਰੇਟਿਵ ਸਿਰਜੇ ਜਾਂਦੇ ਨੇ, ਕਦੇ ਸੰਤ ਜਰਨੈਲ ਸਿੰਘ ਉਹਨਾਂ ਬਾਰੇ ਸਿਰਜੇ ਜਾਂਦੇ ਨੇ, ਕਦੇ ਕੌਮ ਦੇ ਜਰਨੈਲ ਸਰਦਾਰ ਪਰਮਜੀਤ ਸਿੰਘ ਪੰਜ ਵਰਨਾ ਵਰਗੇ ਯੋਧਿਆਂ ਬਾਰੇ ਨੈਰੇਟਿਵ ਸਿਰਜੇ ਜਾਂਦੇ ਨੇ, ਤੇ ਅਸੀਂ ਆ ਇੱਕ ਟੈਲੀਫੋਨ ਨੂੰ ਦੇਖ ਕੇ ਉਹਨਾਂ ਤੇ ਅਸਰ ਕਰ ਲੈਂਦੇ। ਕਦੇ ਕੌਮ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਬਾਰੇ ਸਿਰਜੇ ਜਾਂਦੇ ਨੇ। ਖਾਲਸਾ ਪੰਥ ਤੁਹਾਨੂੰ ਇਸ ਗੱਲ ਦੀ, ਇਸ ਗੱਲ ਦਾ ਰੋਸ ਹੈ ਕਿ ਤੁਸੀਂ ਜਿਉਂਦੇ ਜੀ ਮਿੱਤਰੋ ਕਦੇ ਕਿਸੇ ਦਾ ਸਾਥ ਨਹੀਂ ਦਿੰਦੇ, ਮਰਨ ਤੋਂ ਬਾਅਦ ਆਪਾਂ ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਦੀਪ ਸਿੱਧੂ ਦਾ ਕਿੰਨਿਆਂ ਕਿੰਨੇ ਸਾਥ ਦਿੱਤਾ ਸੀ, ਜਦੋਂ ਮਸਤੂ ਬਣੇ ਮੀਟ ਲੋਹੀ ਜੀ ਦੀ ਬੜੀ ਅੱਜ ਕੱਲ੍ਹ ਚਰਚਾ ਚੱਲਦੀ ਹੈ, ਬੜੀ ਚਰਚਾ ਚੱਲਦੀ ਹੈ, ਪੰਥਕ ਬੰਦੇ ਵੀ ਕਰਦੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖੜ ਕੇ ਕਹਿਣਾ ਕਿ ਦੀਪ ਦੇ ਹੱਕ ਵਿੱਚ ਇੱਕ ਸ਼ਬਦ ਕਿਸੇ ਤੋਂ ਵੀ ਬੋਲ ਹੋਇਆ, ਔਰ ਉਹ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੇਰੇ ਤੋਂ ਲਈ ਸੀ। ਮੈਂ ਇਕੱਲੀ ਇਕੱਲੀ ਗੱਲ ਮਸਤੂ ਵਾਲੀ ਮੀਟਿੰਗ ਦੀ ਦੱਸੀ ਸੀ, ਔਰ ਉਹ ਅੱਜ ਵੀ ਰਿਕਾਰਡ ਦੇ ਵਿੱਚ ਪਈ ਹੈ। ਅੱਜ ਭਾਈ ਜਗਤਾਰ ਸਿੰਘ ਹਵਾਰਾ ਜਿਹਨੇ ਸਾਰਾ ਜੀਵਨ ਸਾਰੀ ਜਵਾਨੀ ਜੇਲ੍ਹਾਂ ਵਿੱਚ ਰੋਲਦੀ, ਉਹ ਅੱਜ ਬਾਹਰ ਆ ਜਾਵੇ, ਆਪਾਂ ਉਹਦੇ ਤੇ ਵੀ ਤਵੇ ਲਾਉਣੇ ਸ਼ੁਰੂ ਕਰ ਦਿੰਦੇ ਨੇ।
ਇਸ ਕਰਕੇ ਗੁਰੂ ਕੇ ਸਿੱਖੋ ਇੱਕ ਸਿਧਾਂਤ ਹੈ, ਇੱਕ ਗੁਰੂ ਦੀ ਗੱਲ ਹੈ, ਇੱਕ ਸਿਆਸੀ ਗੱਲ ਹੈ। ਇਹਨਾਂ ਦੇ ਮਾੜਾ ਜਿਹਾ ਸਮਝਦਾਰੀ ਨਾਲ ਕੰਮ ਲਿਆ ਕਰੋ। ਸਾਰੇ ਆਪਾਂ ਇੱਕ ਹੈ, ਜਦ ਆਪਣਾ ਨਿਸ਼ਾਨਾ ਇੱਕ ਹੈ, ਸਮਰਪਿਤ ਗੁਰੂ ਨੂੰ ਹੈ, ਤਾਂ ਫਿਰ ਚਾਹੇ ਦੀਪ ਸਿੱਧੂ ਹੈ, ਚਾਹੇ ਅੰਮ੍ਰਿਤਪਾਲ ਹੈ, ਚਾਹੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ, ਤੇ ਚਾਹੇ ਸਾਡਾ ਵੀਰ ਮਨਦੀਪ ਸਿੱਧੂ ਹੈ, ਇੱਕ ਰੋਸ ਜ਼ਰੂਰ ਹੈ। ਤੇ ਮੈਂ ਬੜੀ ਵਾਰੀ ਫੋਨ ਕਰੇ ਨੇ ਟਰੱਸਟ ਬਾਰੇ ਵੀ, ਉਰੇ ਮੈਂ ਗੱਲ ਸੁਣ ਰਿਹਾ ਸੀ ਕਿ ਟਰੱਸਟ ਦੀ ਗੱਲ ਕਰਨ ਦੀ, ਯਾਰ ਜੇ ਕੋਈ ਫੋਨ ਹੀ ਨਾ ਚੱਕੇ ਫਿਰ ਬੰਦਾ ਕਰੂਗਾ ਕੀ। ਮੈਂ ਤਿੰਨ ਤਿੰਨ ਚਾਰ ਚਾਰ ਫੋਨ ਵੀ ਕਰੇ ਨੇ, ਫਿਰ ਮੇਰਾ ਵੀ ਕਸੂਰ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਖੜ ਕੇ ਇਹ ਗੱਲ ਕਹਿਣਾ ਕਿ ਜਿਹੜਾ ਇੱਕ ਵਾਰ ਤਿੰਨ ਚਾਰ ਵਾਰ ਨਹੀਂ ਕਰੇ ਫਿਰ ਮੈਂ ਵੀ ਕਰਦਾ ਹੀ ਨਹੀਂ ਹੁੰਦਾ। ਇਸ ਵਾਸਤੇ ਤਕੜੇ ਰਹੋ, ਜੇ ਸੰਘਰਸ਼ 'ਚ ਦਿੱਲੀ ਜਾਣਾ ਹੋਇਆ ਤਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ, ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਚੱਲਾਂਗੇ। ਜੇ ਤੁਸੀਂ ਉੱਥੇ ਜਾ ਕੇ ਗਦਾਰੀਆਂ ਦੇ ਸਰਟੀਫਿਕੇਟ ਫੇਰ ਲੈਣੇ ਨੇ ਫਿਰ ਤੁਸੀਂ ਚਲੇ ਜਾਇਓ। ਅੱਜ ਮੈਂ ਇਸ ਸਟੇਜ ਤੋਂ ਇਹ ਗੱਲ ਕਹਿਣਾ ਕਿ 48 ਘੰਟੇ ਹੋ ਗਏ ਸੰਘਰਸ਼ ਕਰਦਿਆਂ ਨੂੰ, ਬੈਰੀਕੇਡ ਨਹੀਂ ਟੁੱਟੇ, ਬੈਰੀਕੇਡ ਨਹੀਂ ਟੁੱਟੇ। ਆ ਬੈਠੀਆਂ ਸਾਡੀਆਂ ਨਿਹੰਗ ਸਿੰਘ ਫੌਜਾਂ, ਦਸਮ ਪਾਤਸ਼ਾਹ ਦੀਆਂ ਫੌਜਾਂ, ਦਲਿਆਲ ਸਾਹਿਬ, ਅਸੀਂ ਨਾ ਚਾਹੁੰਦੇ ਹੋਏ ਵੀ ਤੇਰੇ ਸੰਘਰਸ਼ ਦੀ ਵਿਰੋਧਤਾ ਨਹੀਂ ਕਰਦੇ, ਚਾਹੁੰਦੇ ਹਾਂ ਵੀ ਕਰੀਏ ਪਰ ਨਹੀਂ ਕਰਾਂਗੇ, ਕਿਉਂਕਿ ਪੰਜਾਬ ਦੀ ਕਿਸਾਨੀ ਲਈ ਲੜ ਰਹੇ ਹਾਂ। ਤੂੰ ਅੱਜ ਖਾਲਸਾ ਪੰਥ ਨੂੰ ਵਿਗਾੜ ਦੇ, ਫਿਰ ਖੱਟਰ ਵਾਲਿਆਂ ਦੇ ਬੈਰੀਕੇਡ ਹਵਾ ਚ ਦੇਖੀ ਕਿਵੇਂ ਉੱਡਦੇ ਨੇ। ਪਿਛਲੀ ਵਾਰ ਕਿਹੜੇ ਕਾਮਰੇਡ ਨੇ ਜਾਂ ਕਿਹੜੇ ਯੂਨੀਅਨ ਵਾਲਿਆਂ ਨੇ ਬੈਰੀਕੇਡ ਤੋੜੇ ਸੀ? ਪਿਛਲੀ ਵਾਰ ਬੈਰੀਕੇਡ ਤੋੜ ਕੇ ਇੱਥੇ ਬੈਠਾ ਫਿਰਦਾ ਮੁੰਡਾ ਭਾਈ ਗੁਰਦੀਪ ਸਿੰਘ, ਉਹਦਾ ਟਰੈਕਟਰ ਪਹਿਲਾਂ ਦਾਖਲ ਹੋਇਆ ਸੀ ਔਰ ਉਹਦੇ ਟਰੈਕਟਰ ਤੇ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ ਸੀ ਔਰ ਉਸ ਟਰੈਕਟਰ ਦੇ ਮਗਰਿਆਕ ਤੇ ਸਾਡਾ ਛੋਟਾ ਵੀਰ ਦੀਪ ਸਿੱਧੂ ਬੈਠਾ ਸੀ। ਉਸ ਵੇਲੇ ਵੀ ਬੈਰੀਕੇਡ ਪੰਥ ਨੇ ਤੋੜੇ ਸੀ ਤੇ ਹੁਣ ਵੀ ਬੈਰੀਕੇਡ ਪੰਥ ਤੋੜੂਗਾ। ਲੇਕਿਨ ਜਿੰਨਾ ਚਿਰ ਤੁਸੀਂ ਪੰਥ ਦੇ ਹਸਾਰ ਨਾਲ ਨਹੀਂ ਚੰਗਲੋਂਗੇ, ਲੱਖ ਮੱਥੇ ਮਾਰੀ ਜਾਓ, ਲੇਕਿਨ ਫਿਰ ਵੀ ਜਿੰਨੇ ਕੁ ਗਏ ਨੇ ਉਹਨਾਂ ਦਾ ਧੰਨਵਾਦ ਹੈ। ਆਪਾਂ ਸਾਰੇ ਸਲਾਹ ਕਰਕੇ ਜਾਵਾਂਗੇ, ਫਿਰ ਆ ਜਿਹੜੇ ਪੱਥਰ ਜੇ ਲਈ ਫਿਰਦੇ ਨੇ ਜਾਂ ਛੱਡੇ ਪੰਥ ਨੇ ਜਕਾਰੇ, ਅਬਦਾਲੀ ਉਹਨੀ ਭੱਜੇ, ਇੰਦਰਾ ਗਾਂਧੀ ਭੱਜੀ, ਮੋਦੀ ਭਜਾਇਆ, ਹਨਾ, ਆਪਾਂ ਛੱਡਿਆ ਕੌਣ ਯਾਰ। ਤੇ ਹੁਣ ਮੈਂ ਉਹ ਕਹਿਣਾ ਨੀ, ਹੁਣ ਤਾਂ ਉਹ ਸੰਤਾਂ ਨੂੰ ਮਹਾਨ ਸ਼ਖਸੀਅਤ ਕਹਿੰਦਾ, ਇਹਨਾਂ ਦਾ ਪਰਿਵਾਰ ਭਜਾਇਆ, ਤਾਂ ਫਿਰ ਆ ਖੱਚਰ ਕਿਹੜੇ ਬਾਗ ਦੀ ਮੂਲੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।